ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸੰਦੀਪ ਡੇਵਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ। ਅਤੇ ਫੌਜੀ ਸਾਹਿਬ ਕੋਲ ਆ ਚੁੱਕੇ ਜੀ ਆਪਾਂ। ਪਿੰਡ ਹੈਗਾ ਬਾਈ ਜੀ ਹੋਣਾ ਦਾ, ਟਿੰਮੋ ਵਾਲ, ਜ਼ਿਲ੍ਹਾ ਅੰਮ੍ਰਿਤਸਰ ਪੈਂਦਾ, ਤਹਿਸੀਲ ਬਾਬਾ ਕਾਲਾ। ਨਜ਼ਦੀਕ ਨੂੰ ਕਈ ਅੱਡੇ ਲੱਗਦੇ ਆ, ਟਾਂਗਰਾ ਵੀ ਲੱਗਦਾ, ਖਲਚੇ ਵੀ ਲੱਗਦਾ, ਰਈਏ ਵੀ ਲੱਗਦਾ। ਅਤੇ ਦੇਖੋ ਫੌਜੀ ਸਾਹਿਬ ਨੇ ਅੱਜ 5-6 ਦੇ ਲਗਭਗ ਝੁੱਟੀਆਂ ਲੈ ਕੇ ਆਉਂਦੀਆਂ, ਨੀਲੀ ਵੀ ਆ, ਬੋਰੀ ਨੀਲੀ ਵੀ ਆ, ਮੋਹਰਾ ਵੀ ਆ। ਅਤੇ ਬਾਕੀ ਆਓ ਫਿਰ ਫੌਜੀ ਸਾਹਿਬ ਨਾਲ ਗੱਲਬਾਤ ਕਰੀਏ ਅਤੇ ਵੀਡੀਓ ਸ਼ੁਰੂ ਕਰੀਏ ਜੀ। ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਬੜੀ ਕਿਰਪਾ ਦਿਆ ਜੀ, ਬੜੀ ਕਿਰਪਾ ਦਿਆ ਸ਼੍ਰੀ ਗੁਰੂ ਰਾਮਦਾਸ ਜੀ, ਬਹੁਤ ਕਿਰਪਾ ਦਿਆ ਜੀ ਪਰਮੇਸ਼ਰ ਦੀ। ਸਤਿ ਸ਼੍ਰੀ ਅਕਾਲ ਜੀ, ਹਰ ਕਿਸੇ ਕਿਰਪਾ ਕਰਿਓ ਪਰਮੇਸ਼ਰ। ਸਤਿ ਸ਼੍ਰੀ ਅਕਾਲ ਜੀ, ਬੜੀ ਕਿਰਪਾ ਦਿਆ, ਬੜੀ ਕਿਰਪਾ ਬਣਾਈ ਰੱਖੇ ਜੀ, ਹਰ ਕਿਸੇ ਕਿਰਪਾ ਕਰੇ ਪਰਮੇਸ਼ਰ ਜੀ, ਬਿਲਕੁਲ ਜੀ ਬਿਲਕੁਲ, ਆਪਣੇ ਬੱਚੇ ਬੱਚੇ 'ਤੇ ਕਿਰਪਾ ਕਰੇ, ਉਹਦੀ ਦਇਆ ਹੋਵੇ ਅਤੇ ਮੇਰੀ ਦਇਆ ਹੋਵੇ। ਪੁੱਛਦਾ ਕਿਵੇਂ ਚੱਲਦਾ ਕੰਮ? ਬੜਾ ਕੰਮ ਸੋਹਣਾ ਚੱਲ ਰਿਹਾ, ਬੜੀ ਮਹਾਰਾਜ ਦੀ ਕਿਰਪਾ, ਬਹੁਤ ਸੋਹਣਾ ਚੱਲ ਰਿਹਾ, ਵੇਖਦਾ ਮਾਲ ਉੱਦਾਂ ਡਾਣਾ ਰੱਖੀ ਜਾਂਦਾ, ਪਰਮੇਸ਼ਰ ਦੀ ਬੜੀ ਕਿਰਪਾ, ਡੰਗਰ ਚੰਗਾ ਲਈਦਾ, ਚੰਗਾ ਡੰਗਰ ਵਿਕ ਜਾਂਦਾ, ਬਿਲਕੁਲ ਜੀ ਬਿਲਕੁਲ, ਭਾਅ ਚੰਗਾ ਹੋਊ ਤਾਂ ਡੰਗਰ ਚੰਗਾ ਹੋਊ ਤਾਂ ਵਿਕ ਜਾਣਾ, ਹਾਂਜੀ ਇਹ ਗੱਲ ਹੈ। ਮਹਾਰਾਜ ਕਿਰਪਾ ਕਰੇ, ਹਰਕ ਦਾ ਭਲਾ ਕਰੇ ਪਰਮੇਸ਼ਰ, ਸ਼੍ਰੀ ਗੁਰੂ ਰਾਮਦਾਸ ਸ਼੍ਰੀ ਵਰ ਜਾਂਦੇ ਹੋ ਜੀ, ਭਲਾ ਉਹਨਾਂ ਨੇ ਕਰਨਾ ਜੀ, ਬੰਦਾ ਕੀ ਕਰ ਸਕਦਾ ਆਪਾਂ, ਗੁਰੂ ਆਪਣੇ ਪਿਓ ਉਹ ਕਰ ਸਕਦੇ, ਪਰ ਹਰ ਇੱਕ ਬਿਲਕੁਲ ਬਿਲਕੁਲ, ਹਰ ਇੱਕ ਦਾ ਮਹਾਰਾਜ ਭਲਾ ਕਰੇ ਪਰਮੇਸ਼ਰ। ਦਸ ਕਿਲੋ ਤੋਂ ਬਹੁਤ ਆਈ ਆਪਣੇ ਦੋ ਤਿੰਨ ਚਵਾਈਆਂ ਅੱਜ ਹੀ ਆਈ ਆ। ਲੱਖ ਚੋ 5,000 ਛੋੜ ਹੋਰ 95 ਦੀ 95 ਆਪਾਂ ਵੇਚਣੀ, ਆਪਾਂ ਰੱਖਣੀ ਨੀ, ਆਈ ਆਪਾਂ 2,000 ਦੇ ਦੇਣੀ, 95 ਦੀ 95,000 ਹਾਂਜੀ 95 ਦੀ 95 ਜੋ ਬਾਕੀ ਮੋਕਰੇ ਹੋਰ ਕਰ ਦੇਣਗੇ ਮਾਨ, ਬਾਕੀ ਜਿਹੜਾ ਮਾਨ ਤਾਂ ਜਿਹੜਾ ਉਹ ਮਾਨ ਤਾਂ ਕਰਾਂਗੇ, ਕਰ ਦੇਣਗੇ ਇਹਨਾਂ ਮਾਨ ਤਾਂ ਉਹ ਕਰਾਂਗੇ। ਚਲੋ ਚਲੋ ਠੀਕ, ਨੀਲੀ ਆ ਗਈ, ਆ ਗਈ ਨੀਲੀ, ਆ ਗਈ ਨੀਲੀ, ਪਹਿਲਾ ਸੂਆ ਉਹਦਾ ਦਗਦੀ ਦੁੱਜਣੀ ਆ। ਅੱਛਾ ਪਹਿਲਾ ਸੂਆ, ਹਾਂਜੀ ਖੰਨੇ ਮੰਡੀ ਚੋਂ ਲਿਆਂਦੀ ਆ, ਬਰਾਬਰ ਫੂਲ ਦੇ ਹਰਿਆਣੇ ਦੇ ਬੰਦੇ ਸੀ ਉਹਨਾਂ ਨੂੰ ਲਈ ਆ। ਅੱਛਾ ਪਹਿਲਾ ਸੂਆ ਆਪਣੇ ਕੋਲ ਸੂਈ ਗੱਭਣ ਲਈ, ਗੱਭਣ ਲਈ ਐ ਠੰਡੀ ਤੀਰੀ ਆ, ਕੱਟਾ ਕੱਟਾ ਇਹਦੇ ਨਾਲ, ਕੱਟਾ ਮੰਗਲਾ ਹੋਰ ਮੰਡੀ ਝੋਟੀ, ਕੱਲੀ ਕੱਲੀ ਝੋਟੀ, ਕੱਲੀ ਕੱਲੀ ਨਿਸ਼ਾਨੀ ਰੱਖ ਦਿੰਦੇ ਸਾਰੇ ਸਾਰੇ ਬੰਦੇ ਸਾਰੇ, ਹੋਰ ਸਵਾਈ ਦੀ ਬੜੀ ਕੋਲੀ ਨੂੰ ਆ ਜੀ ਚਾਰ ਦੰਦ ਆ, ਚਾਰ ਦੰਦ ਆ, ਚਾਰ ਦੰਦ ਆ,
ਪਿਓਰ ਨੀਲੀ ਕੱਲੀ ਕੱਲੀ ਵੇਖੋ ਨਿਸ਼ਾਨੀਆਂ ਅੱਖਾਂ ਵਿਖਾਓ ਜੀ ਵਿਖਾਓ ਪੂਰੇ ਅੱਖਾਂ ਦੇ ਪੂਰੇ ਨਿਸ਼ਾਨੀਆਂ ਸਭ ਜੀ ਇਹਨੂੰ ਹਰ ਘਰ ਆਪਣੇ ਕੱਲੀ ਕੱਲੀ ਨਿਸ਼ਾਨੀ ਦਿੱਤੀ ਜੀ ਮਿਲ ਜਾਂਦਾ ਜਿਹੜਾ ਸੰਦੀਪ ਨੇ ਕਿੰਨੇ ਵੀ ਚੋਟੀ ਦੇ ਦੇਣੀ ਕੋਈ ਗੱਲ ਨੀ ਚੋਟੀ ਤਾਂ ਭਾਵੇਂ ਇੱਕ ਦਸ ਦਸ ਕਰਦੀ ਆ ਪਰ ਆਪਾਂ ਭਾਣਾ ਲਈ ਆਪਾਂ ਭਾਣਾ ਦੇਣੀ ਆ ਠੀਕ ਹੈ ਜੀ ਲੱਖ ਦੀ ਦੇ ਗਿਆ ਜੀ ਲੱਖ ਚ ਪੰਜ ਹੋਰ ਛੋਟ ਪਚਾਨਵੇਂ ਦੀ ਵੀ ਪਚਾਨਵੇਂ ਦੀ ਕਾਲੀ ਪਚਾਨਵੇਂ ਜਿਹੜਾ ਮਰਜ਼ੀ ਮੰਗੋ ਜੋੜੀ ਕਿਲੇ ਭਾਵੇਂ ਕੱਲੀ ਜੋੜੀ ਲਓ ਜੀ ਆ ਗਈ ਮੋਹਰਾ ਇਹ ਮੋਹਰਾ ਆ ਗਈ ਦੀ ਦੇਖੋ ਗਾੜ ਪੂਰੀ ਖੰਡੂ ਦੋ ਢਾਈ ਕਿਲੋ ਗਾੜ ਇੱਕ ਚਾਲੀ ਦੀ ਝੋਟੀ ਦੇ ਦੀ ਜੀ ਆਪੀ ਆਪੇ ਪੰਜ ਹਜ਼ਾਰ ਛੋਟ ਇੱਕ ਪੈਂਤੀ ਦੀ ਝੋਟੀ ਹਰਿਆਣੇ ਦੀ ਝੋਟੀ ਆ ਦੂਜਾ ਸੂਬਾ ਛੱਗੀ ਦਿੰਦੀ ਠੀਕ ਹੈ ਜੀ ਚਲੋ ਜਾਣ ਦੋ ਕੋਈ ਨਹੀਂ ਹਾਂਜੀ ਦੂਜਾ ਸੂਬਾ ਦੁੱਧ 11 ਲੀਟਰ ਕੰਡੇ ਵਾਲਾ ਓਦਾਂ 12-11 ਠੰਡਾ ਸਾਡੇ ਘਰੋਂ ਤੋਰ ਕੇ ਕੋਈ ਲੈ ਤੇ ਦੂਜਾ ਸੂਬਾ ਚਲ ਕੱਟੀ ਮਗਰ ਕੱਟੀ ਇਹਦੇ ਮਗਰ ਦੋ ਮੱਝਾਂ ਵਾ ਮਹਾਰਾਜ ਜਿਹੜਾ ਖੜੂਗਾ ਪਰਮੇਸ਼ਰ ਕਿਰਪਾ ਕਰੇ ਚਲੋ ਸੂਆ ਪੀ ਕੇ ਫਿਰ ਕੱਢੀ ਰਹੋ ਆ ਜਾਓ ਹੁਣ ਬੁਰੀ ਆ ਗਈ ਆ ਬੁਰੀ ਨੀਲੀ ਆ ਗਈ ਬੁਰੀ ਨੀਲੀ ਆ ਗਈ ਆ ਬੁਰੀ ਨੀਲੀ ਤੇ ਕੱਟਾ ਕੱਟੇ ਜੀ ਮੱਝਾ ਸੂਆ ਜੀ ਮਗਰ ਕੱਟਾ
ਬਟਨ ਲੱਗੇ ਨਾ ਚੱਡੇ ਦੇ ਬਟਨ ਲੱਗੇ ਉੱਤੇ ਨਿਸ਼ਾਨੀਆਂ ਚੜਕੇ ਲੱਭਣੀਆਂ ਪੈਂਦੀਆਂ ਇਹ ਬਾਰਡਰ ਦੀ ਆਪਣੇ ਇਲਾਕੇ ਦੀ ਹੈ ਬਾਰਡਰ ਦੀ ਹੈ ਦੇਖੋ ਫਰ ਸੋਹਣਾ ਲੱਗਾ ਸਭ ਚੀਜ਼ਾਂ ਸੋਹਣੀਆਂ ਮੈਨੂੰ ਲੱਗੀ ਇਹਦਾ ਮੁੱਲ ਤਾਂ 95 ਕਰਦੇ ਹਾਂ ਜੀ 90 ਦੀ ਦੇਖੀਏ ਜੀ 85 ਦੀ ਠੀਕ ਹੈ ਜੇ ਤੁਸੀਂ ਕਹਿੰਦੇ 85 ਦੀ ਹੋ ਗਈ ਜੇ ਸੰਦੀਪ ਸਾਹ ਨੇ ਕਹਿਤਾ 85 ਦੀ ਹੋ ਗਈ ਕੋਈ ਗੱਲ ਬੜੀ ਜਲ ਜਫੀ ਭਾਈ ਆ ਨਹੀਂ ਜਫੀ ਪਾਣੀ ਮੈਂ ਕਰ ਨਹੀਂ ਪਾਣਾ ਕਿਹੜੀ ਗੱਲ ਪਿਆਰ ਆ ਤੁਹਾਡਾ ਤੁਸੀਂ ਬੋਲੇ ਤਾਂ ਕਿਹੜੀ ਗੱਲ ਜਾਨ 85 ਦੀ ਹੋਰ ਮਾਨਤਰ ਕਰਾਂਗੇ ਮੈਨੂੰ ਪਤਾ ਕੋਈ ਗੱਲ ਨਹੀਂ ਮਹਾਰਾਜ ਕਿਰਪਾ ਕਰੇ ਬਾ ਠੀਕ ਹੈ ਆ ਮੀਲੀ ਕਪੜਾ ਇਹ ਮੀਲੀ ਸੂਈ ਜਾ ਜੀ ਅੱਛਾ ਸੂਈ ਆ ਇਹ ਕੱਲ ਦੀ ਸੂਈ ਆ ਅੱਛਾ ਇਹ ਮੈਂ ਪਿਛਲੀ ਮੀਟਿੰਗ ਵਿੱਚ ਵੀ ਆਗੀ ਆਪਾਂ ਵੀ ਦਿੱਤੀ ਨਹੀਂ ਬੰਦਿਆਂ ਨੂੰ ਮੈਂ ਜਦ ਸੂਈ ਪਵੇ ਸੂਈ ਪਵੇ ਕਿੰਨੇ ਸਵਾਈ ਹੋਈ ਆ ਥੋੜੀ ਜਿਹੀ ਹੋਰ ਵੀ ਕਰਦੀ ਆ ਜਦੋਂ ਹਰ ਜੂਗੀ ਥੋੜੀ ਜਿਹੀ ਔਲ ਕਰਦੀ ਹੈ ਪਰਸੋਂ ਤੱਕ ਬਿਲਕੁਲ ਔਲ ਕਰ ਜੂ ਫਿਰ ਕੋਈ ਲੈ ਜੇ ਕੋਈ ਗੱਲ ਨੀ ਆਪਾਂ ਉੱਥੋਂ ਤੱਕ ਰਹੇ ਠੰਡੀ ਹੋ ਜਾਓ ਚਲੋ ਸੂਗੇ ਡੰਗਰ ਥੋੜਾ ਬੜਾ ਕਰਦਾ ਹੀ ਆ ਪਹਿਲਾਂ ਸੁਣਾ ਵਾ ਚੌਕੀ ਆ ਦੱਸੀ ਹਾਂਜੀ ਬਾਕੀ ਥੋੜੀ ਜਿਹੀ ਹੋਰ ਕਰਦੀ ਆ ਇੱਕ ਅੱਧਾ ਦਿਨ ਨੇ ਕਰਦੀ ਛੱਡਦੀ ਆ ਬੱਚਾ ਪੂਰਾ ਤਬਾਹੀ ਵਧੀਆ ਡੰਗਰ ਪਹਿਲਾਂ ਥੋੜੀ ਕਈ ਹੋਰ ਕਰਦੀਆਂ ਇੱਕ ਅੱਧਾ ਦਿਨ ਕਰਨੀ ਆ ਭਾਵੇਂ ਕੋਈ ਸਾਡੇ ਘਰੋਂ ਠੰਡੀ ਹੋਈ ਆ ਆਰਾਮ ਨਾਲ ਪਰਸੋਂ ਤੱਕ ਲਏ ਕੋਈ ਗੱਲ ਦੇਖੋ ਜੀ 5-6 ਮਹੀਨਾ ਬਾਈ ਦਾ ਬੋਲ ਤੇ ਬਾਕੀ ਵਾਰ ਵਾਰ ਇਹੀ ਬੇਨਤੀ ਕਰ ਦਿੰਦੇ ਹਾਂ ਭਾਈ ਇੱਥੇ ਆਇਆ ਕਰੋ ਚੈੱਕ ਕਰਕੇ ਲੈ ਕੇ ਚੈੱਕ ਕਰਕੇ ਚੋਈ ਗੱਲਾਂ ਕਰਕੇ ਕਰੋ ਚਲੋ ਵੀਰ ਭਰਾ ਉਹਨੇ ਬੜੀ ਦੂਰ ਦੂਰ ਬਈਆਂ ਖੜੀਆਂ ਆਪਣੇ ਕੋਲ ਪਰ ਆਪਾਂ ਜੋ ਦੱਸਿਆ ਉਹ ਨਿਕਲਿਆ ਬਿਲਕੁਲ ਜੀ ਪਰਮੇਸ਼ਰ ਕਿਰਪਾ ਕਰੇ ਜੇ ਆਪਾਂ ਮੈਨੂੰ ਮਾਲ ਚੰਗਾ ਦਿੰਦੇ ਤਾਂ ਜੀ ਗੱਲਾਂ ਦਾ ਆ ਨੂਰ ਮਹਿਲ ਦੇ ਭਰਾ ਦੋ ਬਈਆਂ ਲੈ ਗਿਆ ਗੱਭਣਾ ਆਪਣੇ ਕੋਲ ਇੱਕ ਆ ਪਿਛਲੀ ਵੀਡੀਓ ਜਿਹਦੇ ਕੋਲ ਤੋਂ ਪਿਛਲੀ ਵੀਡੀਓ 'ਚ ਪਰ ਉਹਨੇ ਕੱਲ੍ਹ ਮੈਨੂੰ ਵਧਾਈ ਦਿੱਤੀ ਕਹਿੰਦਾ ਫੌਜੀ ਸਾਹਿਬ ਇਹੋ ਜਿਹੀਆਂ ਬਈਆਂ ਅਜੇ ਤੱਕ ਮੇਰੇ ਕੋਲ ਨਹੀਂ ਹੈਗੀ ਕਹਿੰਦਾ ਸੁਣਦੀਆਂ ਕੋਈ 12-12 13-13 ਲੀਟਰ ਫੋੜੀ ਬਿਲਕੁਲ ਆਪਣਾ ਮਰ ਗੁਣ ਗਿਆ ਚੰਗਾ ਜੇ ਮਈਆਂ ਜਾ ਕੇ 2 ਕਿਲੋ ਖੇਡਣੀਆਂ ਫੋੜਾ ਦੋਨੇ